ਗੁਰਵਿੰਦਰ ਭਾਈ ਜੀ, ਮੈਂ ਸਾਰੇ ਬੱਚੇ ਦੇਖਣਾ ਇੱਥੋਂ ਚੱਕ ਕੇ ਪੰਜਾਬ ਚੋਂ, ਜ਼ਿਆਦਾਤਰ ਸਾਰੇ ਤੁਸੀਂ ਇੱਥੇ ਛੱਡਤੇ, ਬ੍ਰੈਂਪਟਨ ਪੂਰਾ ਭਰਤਾ, ਐਡਾ ਬੜਾ ਕਨੇਡਾ ਫ੍ਰੀ ਪਿਆ, ਕੀ ਕਰੀ ਜਾਂਦੇ ਹੋ ਤੁਸੀਂ? ਭਾਈ ਜੀ, ਇਹਦੇ ਪਰ ਸਾਡਾ ਕੋਈ ਕਸੂਰ ਨਹੀਂ ਹੈ। ਹੁਣ ਟ੍ਰੈਂਡ ਹੀ ਜਿਹੜਾ ਸੈੱਟ ਕੀਤਾ ਹੋਇਆ ਏਜੰਟਸ ਨੇ ਜੀ, ਕਿ ਸਟੂਡੈਂਟ ਨੂੰ ਚੱਕ ਚੱਕ ਕੇ ਇੱਥੇ ਬ੍ਰੈਂਪਟਨ ਵਾਲੀ ਸਾਈਡ ਹੀ ਭੇਜੀ ਜਾਂਦੇ ਆ। ਇਹਦੇ ਵਿੱਚ ਸਿਰਫ ਕੁਝ ਬੱਚਿਆਂ ਦੀ ਵੀ ਗਲਤੀਆਂ ਹੁੰਦੀਆਂ। ਬੱਚੇ ਕਹਿੰਦੇ ਆ ਕਿ ਮੇਰੀ ਮਾਸੀ, ਮੇਰਾ ਫੁੱਫੜ, ਮੇਰੀ ਭੂਆ ਇੱਥੇ ਰਹਿੰਦੀ ਹੈ, ਤਾਂ ਮੈਂ ਇੱਥੇ ਹੀ ਜਾਣਾ ਤਾਂ ਕਿ ਇਹਨਾਂ ਨੂੰ ਕੋਈ ਸਪੋਰਟ ਮਿਲ ਜਾਵੇ। ਜੀ, ਫਿਰ ਇਹਦੇ ਵਿੱਚ ਕੀ ਹੁੰਦਾ ਹੈ ਪ੍ਰੋਬਲਮ ਨਾ, ਏਜੰਟਸ ਇਹ ਵੀ ਕਹਿੰਦੇ ਆ ਬੱਚਿਆਂ ਨੂੰ ਕਿ ਵੀ ਤੁਸੀਂ ਪੰਜਾਬੀ ਡੋਮੀਨੇਟ ਏਰੀਆ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਮਿਕਸ ਕੈਨੇਡਾ ਦੇ ਮਾਹੌਲ ਦੇ ਵਿੱਚ ਮਿਕਸ ਹੋਣ ਵਾਸਤੇ ਬਹੁਤ ਆਸਾਨੀ ਰਹਿਣੀ ਹੈ। ਬਟ ਇਸ ਚੀਜ਼ ਨੂੰ ਮੈਂ ਸਪੋਰਟ ਨਹੀਂ ਕਰਦਾ। ਜੇ ਤੁਸੀਂ ਇੱਕ ਨਿਊ ਫਿਊਚਰ ਵਾਸਤੇ ਤੁਸੀਂ ਇੰਡੀਆ ਤੋਂ ਜੇ ਕੈਨੇਡਾ ਆਉਂਦੇ ਪਏ ਹੋ, ਇੱਧਰ ਦੀ ਤੁਸੀਂ ਵੈਲਿਊਸ ਨਹੀਂ ਸਿੱਖੋਗੇ, ਇੱਧਰ ਦਾ ਰਹਿਣ ਸਹਿਣ ਕਲਚਰ ਵਗੈਰਾ ਨਹੀਂ ਸਿੱਖੋਗੇ, ਉਹ ਸਿੱਖੋਗੇ ਕਦੋਂ? ਜਦੋਂ ਤੁਸੀਂ ਆਪਣੀ ਕਮਿਊਨਿਟੀ ਤੋਂ ਬਾਹਰ ਜਾਓਗੇ, ਡਿਫਰੈਂਟ ਲੋਕਾਂ ਦੇ ਵਿੱਚ ਜਾਓਗੇ। ਐਜ਼ ਏ ਮੇਪਲ ਇਮੀਗ੍ਰੇਸ਼ਨ ਕੰਸਲਟੈਂਟ, ਅਸੀਂ ਤਾਂ ਬੱਚਿਆਂ ਨੂੰ ਇਹ ਐਡਵਾਈਸ ਕਰਦੇ ਹਾਂ ਜੀ ਕਿ ਇਹਦਾ ਖੇੜਾ ਛੱਡੋ, ਕੈਨੇਡਾ ਬਹੁਤ ਵੱਡਾ ਹੈ, ਬਹੁਤ ਬੜਾ ਦਿਖ ਰਿਹਾ ਜੀ। ਸਾਡੇ ਬਹੁਤ ਜਿਹੜੇ ਪ੍ਰੋਵਿੰਸਸ ਦੇ ਵਿੱਚ ਕਾਲਜ ਦੇ ਨਾਲ ਸਟ੍ਰੇਟ ਟਾਈਪਸ ਹੈ, ਤੁਸੀਂ ਜਿੱਥੇ ਕਹੋਗੇ ਤੁਹਾਨੂੰ 2 ਦਿਨਾਂ ਦੇ ਵਿੱਚ ਆਫਰ ਲੈਟਰ ਦਵਾ ਦਾਂਗੇ। ਉਸ ਤੋਂ ਬਾਅਦ ਦੂਜੀ ਗੱਲ ਹੈ, ਖਾਲੀ ਪੜ੍ਹਾਈ ਨਹੀਂ ਹੈ। ਜੇ ਕੋਈ ਬੱਚੇ ਹੁਣ ਇੱਥੇ ਸੈਟਲ ਹੋਣਾ ਚਾਹੁੰਦੇ ਹੈ, ਜਿੱਦਾਂ ਕੈਲਗਰੀ ਵਗੈਰਾ ਦੇ ਪ੍ਰੋਸੈਸ ਹੈ, ਜਿਹਨਾਂ ਵਿੱਚ 2 ਸਾਲ ਦੀ ਸਟੱਡੀ ਦੇ ਬਾਅਦ PR ਦੀ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਹੈ ਬੱਚਿਆਂ ਨੂੰ, ਤਾਂ ਉਸ ਕਰਕੇ ਹੁਣ ਕਈ ਬੱਚੇ, ਹੁਣ ਸਾਰੇ ਬੱਚੇ ਤਾਂ ਇੱਥੇ ਆ ਕੇ ਇਕੱਠੇ ਹੋ ਗਏ। ਤੁਸੀਂ ਇਹ ਸੋਚੋ, ਇੱਕ ਗਲਾਸ ਹੈ, ਗਲਾਸ ਦੇ ਵਿੱਚ ਪਾਣੀ ਹੈ, ਜੇ ਪਾਣੀ ਦਾ ਪੂਰਾ ਗਲਾਸ ਹੀ ਭਰ ਜੂਗਾ ਤਾਂ ਬਾਕੀ ਪਾਣੀ ਕਿੱਥੇ ਜਾਊਗਾ? ਥੱਲੇ ਡੁੱਲੇਗਾ ਹੀ ਪਾਣੀ। ਠੀਕ ਹੈ ਜੀ, ਸਾਡੇ ਬੱਚੇ ਵੀ ਇਦਾਂ ਹੀ ਹੁਣ ਪੂਰੇ ਇੱਧਰ ਉੱਧਰ ਸਕੈਟਰ ਹੋਏ ਪਏ ਹੈ, ਕਿਸੇ ਵਿਚਾਰੇ ਨੂੰ PR ਨਹੀਂ ਮਿਲਦਾ ਪਿਆ, ਕਿਸੇ ਨੂੰ ਜੋਬ ਨਹੀਂ ਮਿਲਦੀ ਹੈ ਕਿ ਨਹੀਂ? ਜਿੱਦਾਂ ਆਪਾਂ ਪਹਿਲੇ ਵੀ ਤੁਹਾਨੂੰ ਦੱਸਿਆ ਹੋਇਆ ਕਿ ਸਾਡੇ ਕਈ ਬਿਜ਼ਨਸ ਹਾਊਸਿਸ ਦਾ ਟਾਈਪਸ ਹੈ, ਫੈਕਟਰੀਜ਼ ਵਾਰਾ, ਜਿੱਥੇ ਸਕਿੱਲ ਟ੍ਰੇਡ ਵਾਰਾ ਦਾ ਆਪਾਂ ਬੱਚਿਆਂ ਨੂੰ ਵਰਕ ਪਰਮਿਟ ਵਾਰਾ ਜਾ ਸਕਦੇ ਹਾਂ ਜਾਂ PMP ਵਾਰਾ ਅਸੈਸ ਕਰ ਦਿੰਦੇ ਹਾਂ, ਤਾਂ ਮੇਰੀ ਤਾਂ ਐਜ਼ ਏ ਮੇਪਲ ਮੇਡ ਇਮੀਗ੍ਰੇਸ਼ਨ ਬੱਚਿਆਂ ਨੂੰ ਇਹੀ ਸਲਾਹ ਹੈ, ਪਲੀਜ਼ ਇਹ ਤੁਹਾਡੇ ਫਿਊਚਰ ਦਾ ਸਵਾਲ ਹੈ, ਤੁਸੀਂ ਸਹੀ ਪ੍ਰੋਵਿਨੈਂਸ, ਸਹੀ ਕਾਲਜ ਚੂਜ਼ ਕਰੋ, ਪਹਿਲੇ ਉਹ ਇਨਵੈਸਟੀਗੇਟ ਕਰ ਲਿਆ ਕਰੋ ਤੁਹਾਡੇ ਇੱਥੇ ਕੀ ਫਿਊਚਰ ਪ੍ਰੋਸਪੈਕਟ ਹੈ। ਜੇ ਕਿਤੇ ਜ਼ਿਆਦਾ ਨਹੀਂ ਆਪਸ਼ਨਸ ਤਾਂ ਉੱਥੇ ਜਾਣ ਦੀ ਕੋਈ ਲੋੜ ਹੀ ਨਹੀਂ ਹੈ, ਇਹ ਤਾਂ ਭੇਡ ਚਾਲ ਹੋਗੀ ਕਿ ਜੀ ਮੇਰਾ ਫਰੈਂਡ ਗਿਆ ਜੀ ਬ੍ਰੈਂਡਨ ਤਾਂ ਮੈਂ ਵੀ ਬ੍ਰੈਂਡਨ ਜਾਣਾ। ਇਸ ਚੀਜ਼ ਤੋਂ ਬਚੋ, ਤੁਸੀਂ ਆਪਣੇ ਲੌਂਗ ਟਰਮ ਫਿਊਚਰ ਬਾਰੇ ਸੋਚੋ। ਜੇ ਕਈ ਵਾਰ ਬੱਚਿਆਂ ਨੂੰ ਮੈਂ ਇਹ ਵੀ ਦੇਖਿਆ ਹੈ, ਬੱਚਿਆਂ ਨੂੰ ਮੈਂ ਪੁੱਛਦਾ ਹਾਂਜੀ ਕਿੱਥੇ ਜਾਣਾ, ਕਹਿੰਦੇ ਜੀ ਮੈਂ ਤਾਂ ਫਲਾਣੇ ਕਾਲਜ ਜਾਣਾ ਕਿਉਂਕਿ ਮੇਰਾ ਭੋ ਦਾ ਮੁੰਡਾ ਉੱਥੇ ਹੈ, ਮੇਰਾ ਆੜੀ ਉੱਥੇ ਹੈ। ਪਰ ਮੈਂ ਕਹਿੰਦਾ ਠੀਕ ਹੈ, ਆਪਣੀ ਦੋਸਤੀ ਯਾਰੀ ਬਾਅਦ ਚੋਂ ਨਿਭਾ ਲਿਓ, ਪਹਿਲੇ ਇੱਥੇ ਸੈੱਟ ਹੋ ਜਾਓ ਆ ਕੇ, ਉਸ ਤੋਂ ਬਾਅਦ ਜਿੱਥੇ ਮਰਜ਼ੀ ਤੁਸੀਂ ਸੈੱਟ ਹੋਣਾ ਆਲ ਟੁਗੇਦਰ ਸੈੱਟ ਹੋ ਜਾਓ, ਉਹਦੇ ਵਿੱਚ ਕੋਈ ਨਹੀਂ, ਇਹ ਤੁਹਾਡਾ ਹੈ, ਤੁਹਾਡਾ ਫਿਊਚਰ ਹੈ। ਤੁਸੀਂ ਰਾਈਟ ਡਿਸੀਜਨ ਲਓ, ਰਾਈਸ ਕੰਸਲਟੈਂਟ ਨਾਲ ਤੁਸੀਂ ਟਾਈਪ ਕਰੋ ਤਾਂ ਤੁਹਾਡਾ ਸਟੂਡੈਂਟ ਵੀਜ਼ਾ ਸਮੂਥਲੀ ਜਾਏਗਾ, ਔਰ ਆਫਟਰ ਦਾ ਵੀਜ਼ਾ ਵੀ ਜੇ ਤੁਸੀਂ ਇੱਥੇ ਸੈੱਟ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਆਸਾਨੀ ਹੋ ਜਾਣੀ ਹੈ। ਬਿਲਕੁਲ ਜੀ, ਬਿਲਕੁਲ ਹੀ ਬਹੁਤ ਅਹਿਮ ਜਾਣਕਾਰੀ ਹੈ, ਪਰ ਇਸ ਤੋਂ ਵੱਧ ਬਹੁਤ ਅਹਿਮ ਜਾਣਕਾਰੀ ਅਸੀਂ ਇੱਕ ਪੂਰੀ ਵੀਡੀਓ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਰੋਣਾ ਨਾਲ। ਮੈਪਲ ਮੇਟ ਇਮੀਗ੍ਰੇਸ਼ਨ ਪੂਰੀ ਵੀਡੀਓ ਜ਼ਰੂਰ ਦੇਖੋ, ਤੁਹਾਡੇ ਸਵਾਲਾਂ ਦੇ ਜਵਾਬ ਨੇ, ਕੋਈ ਇਹ ਐਡ ਨਹੀਂ, ਕੋਈ ਪੇਡ ਪ੍ਰਮੋਸ਼ਨ ਨਹੀਂ, ਕੋਈ ਇਹ ਨਹੀਂ ਕਹਿੰਦਾ ਮੈਂ ਇੱਥੋਂ ਇਹਨਾਂ ਤੋਂ ਫਿੱਲ ਲਵਾਓ, ਪਰ ਜਾਣਕਾਰੀ ਬੱਚਿਆਂ ਦੇ ਲਈ, ਖਾਸ ਕਰਕੇ ਜਿਹੜੇ ਪੰਜਾਬ 'ਚ ਬੈਠੇ ਨੇ ਉਹਨਾਂ ਨੇ ਇੱਧਰ ਆਉਣਾ ਕਨੇਡਾ, ਉਹ ਜ਼ਰੂਰ ਇਹ ਵੀਡੀਓ, ਸਾਡੀ ਲੌਂਗ ਵੀਡੀਓ ਯੂਟਿਊਬ 'ਤੇ ਪਾਊਂਗਾ, ਲਿੰਕ ਇੱਥੇ ਦੇ ਦਿੰਦਾ, ਉਹ ਜ਼ਰੂਰ ਦੇਖਿਓ ਜੀ। ਧੰਨਵਾਦ।